ਸ਼ੁਕਰੀਆ ਤੁਹਾਡਾ। ਮੈਂ ਬੜਾ ਸੰਖੇਪ ਜਿਹੇ ਟਾਈਮ ਦੇ ਵਿੱਚ ਤੁਹਾਨੂੰ ਬੇਨਤੀ ਪੱਤਰ ਲਾਇਆ, ਤੁਸੀਂ ਸਾਰੇ ਦੋਸਤ ਵੱਡੀ ਗਿਣਤੀ 'ਚ ਆਏ ਹੋ, ਮੈਂ ਤੁਹਾਡਾ ਧੰਨਵਾਦ ਕਰਦਾ। ਅੱਜ ਦਾ ਇਸ਼ੂ ਮੇਰੇ ਦੋਸਤ ਅਮੈਰੀਕਾ ਦੇ ਵਿੱਚ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਸੀਗੀਆਂ ਕਿ ਬੈਂਸ ਨੂੰ ਅਮੈਰੀਕਾ ਬੁਲਾਓ, ਪੰਜਾਬੀ ਭਾਈਚਾਰਾ ਗੱਲਬਾਤ ਕਰਨੀ ਚਾਹੁੰਦਾ। ਮੇਰੇ ਦੋਸਤਾਂ ਨੇ ਮੈਨੂੰ ਬੜੇ ਜਿਹੜੇ ਉੱਥੇ ਦੇ ਰਿਚ ਬਹੁਤ ਤਕੜੇ ਕਾਰੋਬਾਰੀ ਹੈਗੇ, ਉਹਨਾਂ ਨੇ ਸਪੋਂਸਰ ਮੈਨੂੰ ਮੇਰੇ PS ਦਾ ਜਸਵਿੰਦਰ ਸਿੰਘ ਖਾਲਸਾ ਜਿਹੜੇ ਅੰਮ੍ਰਿਤਧਾਰੀ ਹੈ ਸਪੋਂਸਰਸ਼ਿਪ ਭੇਜੀ, ਅਤੇ ਅੱਜ ਦੀ ਅਪੁਆਇੰਟਮੈਂਟ ਸੀਗੀ ਨਵੀਂ ਦਿੱਲੀ ਅਮੈਰੀਕਨ ਅੰਬੈਸੀ ਦੇ ਵਿੱਚ। ਅਮੈਰੀਕਨ ਅੰਬੈਸੀ ਦੇ ਵਿੱਚ ਜਦੋਂ ਅਸੀਂ ਐਂਟਰ ਹੋਏ, ਜਿੱਥੇ ਸਕਿਉਰਿਟੀ ਚੈੱਕ ਹੁੰਦੀਆਂ ਮਸ਼ੀਨ ਦੇ ਵਿੱਚ ਵੀ ਸਮਾਨ ਕੱਢਿਆ ਜਾਂਦਾ, ਪਾਸਪੋਰਟ ਪੇਪਰ ਤੁਹਾਡੀ ਜੇਬ ਦਾ ਬਟੂਆ ਜੋ ਵੀ ਸਮਾਨ ਹੈਗਾ ਉਹਨੂੰ ਮਸ਼ੀਨ ਦੇ ਵਿੱਚ ਨਹੀਂ ਕੱਢਦੇ। ਅਤੇ ਹੈਰਾਨਗੀ ਇਸ ਗੱਲ ਦੀ ਹੋਈ ਕਿ ਉੱਥੇ ਜਿਹੜੇ ਸਕਿਉਰਿਟੀ ਇੰਚਾਰਜ ਅੰਬੈਸੀ ਵਾਲੇ ਹੈਗੇ ਉਹ ਜਨਰਲ ਜਸਵਿੰਦਰ ਸਿੰਘ ਖਾਲਸਾ ਔਰ ਜਿਹੜੇ ਅੰਮ੍ਰਿਤਧਾਰੀ ਸਿੰਘ ਹੈਗੇ, ਇਹਨਾਂ ਨੂੰ ਕਹਿੰਦੇ ਤੁਸੀਂ ਆਪਣੀ ਜਿਹੜੀ ਦਸਤੀ ਕਿਰਪਾਨ ਹੈਗੀ ਹੈ ਨਾ, ਦਸਤੀ ਕਿਰਪਾਨ ਸਿਰਫ ਮੇਰਾ ਖਿਆਲ ਆ ਕਿ ਉਹ 3 ਇੰਚ ਦੀ ਕਿਰਪਾਨ ਹੈਗੀ ਹੈ, 5 ਕਕਾਰਾਂ ਦੇ ਵਿੱਚੋਂ ਇੱਕ ਕਿਰਪਾਨ ਦਸਤੀ, ਅਤੇ ਉਹ ਉਤਾਰ ਕੇ ਆਓ ਬਾਹਰ ਟੋਕਰੀ ਪਈ ਹੈ, ਕਹਿੰਦੇ ਬਾਹਰ ਟੋਕਰੀ ਦੇ ਵਿੱਚ ਰੱਖਿਓ। ਇਹਨਾਂ ਨੇ ਆਪਣੇ ਕਾਗਜ਼ਾਤ ਸਮੇਤ ਪਾਸਪੋਰਟ ਚੱਕੇ, ਇਹ ਕਹਿੰਦੇ ਮੈਨੂੰ ਤੁਹਾਡੇ ਵੀਜ਼ੇ ਦੀ ਲੋੜ ਨਹੀਂ, ਵਾਪਸ ਆ ਗਏ। ਮੈਂ ਅੰਦਰ ਗਿਆ ਅਤੇ ਮਨ ਉਦਾਸ ਕਿ ਯਾਰ ਇਹ ਕੋਈ ਅੱਜ ਤੱਕ ਅੰਮ੍ਰਿਤਧਾਰੀ ਸਿੰਘ ਬੋਲੇ ਹੀ ਨਹੀਂ ਇੱਥੇ ਆ ਕੇ, ਅੰਮ੍ਰਿਤ ਪਾਨ ਕਰਨ ਲੱਗਿਆ। 5 ਕਕਾਰ ਸਾਹਿਬੇ ਕਮਾਤ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ ਕਰਕੇ ਗਏ ਆ, ਐਸਾ ਨਿਆਰਾ ਖਾਲਸਾ ਥਾਪ ਕੇ ਗਏ ਨਾ, ਜਬਰ ਜੁਰਮ ਕਰਨ ਵਾਲੇ 125,000 ਲੋਕਾਂ ਦਾ ਟਾਕਰਾ, ਅਤੇ ਇੱਕ ਅਮੈਰੀਕਾ ਦੇ ਵਿਜੇ ਵਾਸਤੇ ਅਸੀਂ ਆਪਣੀ ਕਿਰਪਾਨ ਲਾ ਕੇ ਟੋਕਰੀ ਦੇ ਵਿੱਚ ਰੱਖ ਦਈਏ। ਮੈਂ ਜਦੋਂ ਅੰਦਰ ਗਿਆ ਤੇ ਜਿਹੜਾ ਵੀਜ਼ਾ ਆਫੀਸਰ ਸੀ ਉਹਨਾਂ ਨੇ ਮੈਨੂੰ ਜਦੋਂ ਮੈਂ ਪਾਸਪੋਰਟ ਰੱਖਿਆ ਤੇ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਕਿਹੜੇ ਪਰਪਸ ਲਈ ਜਾ ਰਹੇ ਹੋ, ਮੈਂ ਨਹੀਂ ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ, ਮੈਨੂੰ ਹੋ ਸਕਦਾ ਤੁਹਾਡਾ ਤੋਂ ਪਾਸਪੋਰਟ ਆਪਣਾ ਵਾਪਸ ਲੈਣਾ, ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੰਮ੍ਰਿਤਧਾਰੀ ਸਿੰਘ ਦੀ ਕਿਰਪਾਨ ਤੁਹਾਡੇ ਸਕਿਉਰਿਟੀ ਵਾਲੇ ਕਹਿੰਦੇ ਆ ਵੀ ਬਾਹਰ ਉਤਾਰ ਕੇ ਟੋਕਰੀ ਦੇ ਵਿੱਚ ਰੱਖ ਕੇ ਫਿਰ ਅੰਦਰ। ਮੈਂ ਸਮਝਾਇਆ, ਜਿਹੜਾ ਟਰਾਂਸਲੇਟਰ ਸੀ ਉਹ ਟਰਾਂਸਲੇਟਰ ਨੂੰ ਦੱਸਿਆ ਵੀ ਤੂੰ ਇੰਡੀਅਨ ਹੈਗਾ, ਭਾਰਤੀ ਹੈ, ਤੈਨੂੰ ਪਤਾ ਵੀ ਇਹ ਸਾਡੇ ਧਾਰਮਿਕ ਚਿੰਨ੍ਹ ਜਿਹਦੇ ਵਾਸਤੇ ਪੂਰੇ ਸੰਸਾਰ ਦੇ ਅੰਦਰ ਦਸਤਾਰ ਦੀ ਤੇ ਕਕਾਰਾਂ ਦੀ ਲੜਾਈ ਸਿੱਖ ਕੌਮ ਲੜਦੀ ਹੈ, ਤੇ ਤੁਸੀਂ ਸੋਚੋ ਵੀ ਅਸੀਂ ਕਿਰਪਾਨ ਲਾ ਕੇ ਅਮੈਰੀਕਾ ਦਾ ਵੀਜ਼ਾ ਲੈ ਲਾਂਗੇ, ਮੈਨੂੰ ਮੇਰੇ ਸਵਾਲ ਦਾ ਜਵਾਬ ਚਾਹੀਦਾ, ਮੈਨੂੰ ਤੁਹਾਡਾ ਵੀਜ਼ੇ ਦੀ ਜ਼ਰੂਰਤ ਨਹੀਂ। ਬੜੀ ਲੰਬੀ 15-20 ਮਿੰਟ ਦੀ ਬਹਿਸ ਹੋਈ ਉਸ ਪਾਸਪੋਰਟ ਜਿਹਨੇ ਦੇਣਾ ਸੀਗਾ ਵੀਜ਼ਾ ਆਫੀਸਰ ਦੇ ਨਾਲ, ਜਦੋਂ ਦੇਖਿਆ ਗੱਲ ਨਹੀਂ ਬਣਦੀ, ਮੈਨੂੰ ਸਵਾਲ 2-3 ਵਾਰੀ ਉਹਨਾਂ ਨੇ ਕੀਤੇ, ਮੈਂ ਆਪਣਾ ਜਵਾਬ ਕੋਈ ਨਹੀਂ ਦਿੱਤਾ, ਮੈਂ ਆਪਣੇ ਸਵਾਲ ਤੇ ਅੜਿਆ ਰਿਹਾ। ਅਤੇ ਫਿਰ ਉਹ ਆਪਣੇ ਸੀਨੀਅਰ ਕੌਂਸਲੇਟ ਨੂੰ ਲੈ ਕੇ ਆਏ, 5-4 ਆਫੀਸਰ ਇਕੱਠੇ ਹੋਏ, ਉਹਨਾਂ ਨੇ ਬੜਾ ਥਾਰੋਲੀ ਸੁਣਨ ਤੋਂ ਬਾਅਦ ਕਿਹਾ ਸੋਰੀ। ਅੱਜ ਅਫਸੋਸ ਇਸ ਗੱਲ ਦਾ ਕਿ ਨਸਲੀ ਵਿਤਕਰਾ ਸਿੱਖਾਂ ਦੇ ਨਾਲ ਵਿਦੇਸ਼ਾਂ ਦੀ ਧਰਤੀ 'ਤੇ ਅਕਸਰ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ, ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਮਿਲ ਜਾਂਦਾ, ਸਾਡੇ ਆਪਣੇ ਦੇਸ਼ ਦੀ ਧਰਤੀ ਦੇ ਉੱਤੇ ਆਇਆ ਕਿ ਉੱਥੇ ਵੀਜ਼ਾ ਲੈਣ ਵਾਸਤੇ ਅੱਜ ਤੋਂ ਪਹਿਲਾਂ ਬਹੁਤ ਸਾਰੇ ਅੰਮ੍ਰਿਤਧਾਰੀ ਸਿੰਘ ਜਿਹਦੇ ਵਿੱਚ ਬਕਾਇਦਾ ਵੱਡੇ ਵੱਡੇ ਜਥੇਦਾਰ ਸਾਹਿਬਾਨ ਵੀ ਗਏ ਹੋਣਗੇ, ਉਹ ਵੀ ਕਿਰਪਾਨਾਂ ਉਤਾਰ ਕੇ ਅਮੈਰੀਕਾ ਦਾ ਵੀਜ਼ਾ ਲੈਣ ਵਾਸਤੇ ਕਕਾਰਾਂ ਦੀ ਬੇਅਦਬੀ ਕਰਦੇ ਹੋਏ ਬਾਹਰ ਚਲੇ ਜਾਣ। ਮੈਂ ਆਪਣਾ ਪਾਸਪੋਰਟ ਜਦੋਂ 1.25 ਘੰਟਾ ਬਹਿਸ ਹੋਈ, ਮੈਂ ਆਪਣਾ ਪਾਸਪੋਰਟ ਵਾਪਸ ਚੱਕ ਕੇ ਕਹਿ ਕੇ ਆਇਆ ਕਿ ਮੈਨੂੰ ਅਮੈਰੀਕਾ ਵੀਜ਼ੇ ਦੀ ਜ਼ਰੂਰਤ ਨਹੀਂ, ਮੈਂ ਆਪਣੇ ਗੁਰੂ ਦੇ ਬਖਸ਼ਿਸ਼ ਕੀਤੇ ਧਾਰਮਿਕ ਕਕਾਰਾਂ ਦੇ ਉੱਤੋਂ ਦੀ ਲੱਖਾਂ ਵਿਜੇ ਕੁਰਬਾਨ ਕਰ ਸਕਦਾ, ਮੈਨੂੰ ਤੁਹਾਡੇ ਅਮਰੀਕਾ ਦਾ ਚਾਅ ਨਹੀਂ ਹੈਗਾ। ਤੇ ਨਾਲ ਮੈਂ ਵੀ ਕਹਿ ਕੇ ਆਇਆ ਕਿ ਮੈਂ ਇਹ ਇਸ਼ੂ ਇਹ ਨਾ ਸਮਝੋ ਕਿ ਮੈਂ ਤੁਹਾਡੇ ਨਾਲ ਬਹਿਸ ਕਰਨੀ ਤੇ ਮੈਂ ਵਾਪਸ ਚਲਿਆ ਗਿਆ, ਮੈਂ ਦੂਸਰੀ ਵਾਰ ਦਾ ਲੈਜਿਸਲੇਚਰ, ਮੈਂ
ਪੰਜਾਬ ਅਸੈਂਬਲੀ ਦਾ ਦੂਜੀ ਵਾਰੀ MLA ਚੁਣਿਆ, ਮੈਨੂੰ ਪਤਾ ਮੇਰੇ ਰਾਈਟ ਕੀ ਹੈ, ਮੈਨੂੰ ਇਹ ਵੀ ਪਤਾ ਕਿ ਕਾਨੂੰਨ ਕੀ ਕਹਿੰਦਾ। ਦੁਨੀਆਂ ਦੇ ਵਿੱਚ ਕਿਸੇ ਵੀ ਅੰਬੈਸੀ ਜਿਹੜੀਆਂ ਨਵੀਂ ਦਿੱਲੀ ਦੇ ਵਿੱਚ, ਕਿਸੇ ਅੰਬੈਸੀ ਦੇ ਵਿੱਚ ਕਿਸੇ ਵੀ ਅੰਮ੍ਰਿਤਧਾਰੀ ਸਿੱਖ ਦਾ ਕਕਾਰ ਉਤਾਰਨ ਦੀ ਮਨਾਹੀ ਹੈ, ਕਿਤੇ ਕਕਾਰ ਨਹੀਂ ਉਤਾਰਿਆ ਜਾਂਦਾ, ਸਿਰਫ ਤੇ ਸਿਰਫ ਅਮੈਰੀਕਨ ਅੰਬੈਸੀ ਦੇ ਵਿੱਚ। ਤੇ ਮੈਂ ਕਹਿ ਕੇ ਆਇਆ ਕਿ ਮੈਂ ਇਹ ਮਸਲਾ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਨਾਲ ਵੀ ਚੱਕੂੰਗਾ, ਪੰਜਾਬ ਵਿਧਾਨ ਸਭਾ ਦਾ ਮੈਂਬਰ ਹੋਣ ਦੇ ਨਾਤੇ ਬਜੇਰੀਆ ਸਤਿਕਾਰਯੋਗ ਕਸਟੋਡੀਅਨ ਆਫ ਸਾਡੀ ਵਿਧਾਨ ਸਭਾ, ਸਤਿਕਾਰਯੋਗ ਸਪੀਕਰ ਸਾਹਿਬ ਦੇ ਜ਼ਰੀਏ ਵੀ ਭਾਰਤ ਸਰਕਾਰ ਦੇ ਨਾਲ ਰਾਬਤਾ ਕਰਾਊਂਗਾ, ਔਰ ਅਕਾਲ ਤਖ਼ਤ ਸਕੱਤਰੇਤ ਨੂੰ ਵੀ ਸ਼ਿਕਾਇਤ ਭੇਜਾਂਗਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਸ਼ਿਕਾਇਤ ਭੇਜਾਂਗਾ। ਤੇ ਮੈਂ ਅਮਰੀਕਨ ਸਿੱਖ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਅਪੀਲ ਕਰਾਂਗਾ ਕਿ ਤੁਸੀਂ ਤੁਹਾਡੇ ਏਰੀਏ ਦੇ ਅਮੈਰੀਕਾ ਦੇ ਵਿੱਚ ਜਿਹੜੇ ਸੈਨੇਟਰ ਹੈਗੇ, ਉੱਥੋਂ ਦੇ MLA MP ਹੈਗੇ, ਜਿਹੜੇ ਵੋਟ ਦੁਆਰਾ ਚੁਣੇ ਹੋਏ ਨੁਮਾਇੰਦੇ, ਉਹਨਾਂ ਨੂੰ ਰੋਸ ਪੱਤਰ ਲਿਖੋ ਤਾਂ ਜੋ ਅਮਰੀਕਾ ਦੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਜਿਹੜਾ ਕਕਾਰਾਂ ਦੇ ਨਸਲੀ ਵਿਤਕਰਾ ਕਰਦੇ ਹੋਏ, ਸਾਡੇ ਨਾਲ ਨਸਲੀ ਵਿਤਕਰਾ ਕਰਦੇ ਹੋਏ ਕਕਾਰਾਂ ਦਾ ਜਿਹੜਾ ਅਪਮਾਨ ਹੋ ਰਿਹਾ, ਇਹ ਅਪਮਾਨ ਬੰਦ ਹੋਣਾ ਚਾਹੀਦਾ। ਤੇ ਮੈਂ ਇੱਕ ਲੈਟਰ ਜਿਹੜੀ ਹੈ ਸਤਿਕਾਰਯੋਗ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਜਿਹੜੇ ਪਗੜੀਧਾਰੀ, ਮੈਂ ਆਪਣਾ ਦੁੱਖ ਤੇ ਦਰਦ, ਕੌਮ ਦਾ ਦੁੱਖ ਤੇ ਦਰਦ ਉਹਨਾਂ ਨੂੰ ਵੀ ਜ਼ਰੂਰ ਦੱਸੂਗਾ, ਤਾਂ ਕਿ ਉਹ ਸਾਰੇ ਇੰਟਰਵੇਨ ਕਰਦੇ ਹੋਏ ਇਸ ਵੱਡੇ ਮਸਲੇ ਦਾ ਪਰਮਾਨੈਂਟ ਹੱਲ ਕਰਾਉਣ। ਜਿਹੜਾ ਕੋਈ ਅੰਮ੍ਰਿਤਧਾਰੀ ਸਿੰਘ ਅਮੈਰੀਕਨ ਅੰਬੈਸੀ ਦੇ ਵਿੱਚ ਵੀਜ਼ਾ ਲੈਣ ਜਾਵੇ, ਉਹਨੂੰ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ, ਮਜਬੂਰੀ ਬਸ। ਮੈਂ ਸਮਝਦਾ ਕਈ ਲੋਕ ਜਿਹੜੇ ਵਿਚਾਰੇ ਮਾਤੜ ਹੈਗੇ ਆ, ਆਪਣੀ ਸ੍ਰੀ ਸਾਹਿਬ ਉਤਾਰ ਕੇ ਰੱਖਿਆ ਹੁੰਦਾ ਤੇ ਵੀਜ਼ਾ ਲੈਣ ਤੁਰ ਪੈਂਦੇ ਆ। ਸੋ ਮੈਂ ਆਪਣਾ ਪਾਸਪੋਰਟ ਅਮੈਰੀਕਨ ਅੰਬੈਸੀ ਤੋਂ ਵਾਪਸ ਲੈ ਕੇ ਇਸ ਕਾਜ਼ ਵਾਸਤੇ ਕਾਨੂੰਨੀ ਸੰਘਰਸ਼, ਲੋਕਾਂ ਨੂੰ ਅਵੇਅਰ ਕਰਾਂ, ਆਵਾਮ ਨੂੰ, ਪੰਜਾਬੀ ਆਵਾਮ, ਸਿੱਖ ਆਵਾਮ ਨੂੰ ਅਵੇਅਰ ਕਰਕੇ ਕਾਨੂੰਨੀ ਲੜਾਈ ਲੜਾਂਗਾ ਅਮੈਰੀਕਨ ਅੰਬੈਸੀ ਦੇ ਵਿੱਚ। ਜਿਹੜੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਕਕਾਰਾਂ ਦੀ ਬਖਸ਼ਿਸ਼ ਕੀਤੀ ਹੋਈ ਸਾਡੀ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਹੋ ਰਹੀ ਹੈ, ਉਹਨੂੰ ਰੋਕਣ ਵਾਸਤੇ ਹਰ ਹੀਲਾ। ਅੱਜ ਮੋਰਨਿੰਗ ਮੈਨੂੰ ਟਾਈਮ ਮਿਲਿਆ ਸੀ 7:45 ਇੰਟਰਵਿਊ ਵਾਸਤੇ, 7:45 ਦਾ ਮੈਨੂੰ ਔਰ ਸਰਦਾਰ ਜਸਵਿੰਦਰ ਸਿੰਘ ਖਾਲਸਾ ਹੋਰਾਂ ਨੂੰ ਟਾਈਮ ਦਿੱਤਾ ਸੀ ਅੰਬੈਸੀ। ਹਾਂਜੀ, ਇਹ ਮੇਰੇ PA ਹੈਗੇ, ਮੇਰੇ ਸਾਥੀ ਨੇ, ਮੈਂ ਅੰਮ੍ਰਿਤਧਾਰੀ ਨੀ, ਮੈਂ ਅੰਮ੍ਰਿਤਧਾਰੀ ਨੀ, ਅਸੀਂ ਇਕੱਠੇ ਸੀ ਕਕਾਰ। ਆਸਟ੍ਰੇਲੀਆ ਦੇ ਵਿੱਚ ਮੈਲਬੋਰਨ ਦੀ ਪਾਰਲੀਮੈਂਟ ਦੇ ਅੰਦਰ 3 ਫੁੱਟੀ ਕਿਰਪਾਨ ਬੈਂਕਾਕ ਤੋਂ ਇੱਕ ਪਾਈਪ ਬੈਂਡ ਜਥਾ ਸਿੱਖਾਂ ਦਾ ਗਿਆ ਹੋਇਆ ਸੀ ਔਨਰ ਸਵਾਗਤ ਕਰਨ ਵਾਸਤੇ। ਮੈਂ ਧੰਨਵਾਦ ਕਰਦਾ ਮੈਲਬੋਰਨ ਪਾਰਲੀਮੈਂਟ ਦੇ ਸੁਰੱਖਿਆ ਅਧਿਕਾਰੀਆਂ ਦਾ, ਉੱਥੋਂ ਦੇ ਪਾਰਲੀਮੈਂਟ ਮੈਂਬਰਾਂ ਦਾ। 3 ਫੁੱਟੀ ਕਿਰਪਾਨ ਵਾਲਾ ਸਿੰਘ ਵੀ ਮੈਲਬੋਰਨ ਦੀ ਪਾਰਲੀਮੈਂਟ ਦੇ ਅੰਦਰ ਗਿਆ ਆਪਣੀ 3 ਫੁੱਟੀ ਕਿਰਪਾਨ। ਇੱਥੇ ਤਾਂ ਹੈ ਹੀ 3 ਇੰਚ ਦੀ ਕਿਰਪਾਨ ਹੈਗੀ, 3 ਇੰਚ ਦੀ ਹੈਗੀ, 6 ਇੰਚ ਲਾਊਗਾ। ਨਾਈਫ ਦੱਸਦਿਆਂ, ਨਾਈਫ ਦੱਸਦਿਆਂ, ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਇਸ ਇਸ਼ੂ ਦੇ ਉੱਤੇ, ਜਿਹੜਾ ਸਾਡੇ ਨਾਲ ਨਸਲੀ ਵਿਤਕਰਾ ਹੈਗਾ ਨਾ, ਇਸ ਨਸਲੀ ਵਿਤਕਰੇ ਦੇ ਵਰਖਿਲਾਫ ਸਰਕਾਰ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਰੋਕਣਾ ਚਾਹੀਦਾ। ਸਰ
ਸਰ ਉਹ ਹੈਗਾ, ਸੁਣੋ ਮੇਰੀ ਗੱਲ, ਉਹ ਧਾਰਮਿਕ ਨਹੀਂ। ਜਿਹੜਾ ਸਾਡਾ ਪੰਜ ਕਕਾਰਾਂ ਦੇ ਵਿੱਚ ਸਾਡਾ ਧਾਰਮਿਕ ਚਿੰਨ ਹੈਗਾ, ਤੁਸੀਂ ਸਾਡੇ ਧਾਰਮਿਕ ਚਿੰਨ ਨੂੰ ਕੋਈ ਬੰਦਾ ਕਹੇ ਵੀ ਇਹ ਨਾਈਫ ਆ, ਇਹ ਚਾਕੂ ਆ, ਇਹ ਟੋਟਲੀ ਰੋਂਗ ਹੈਗਾ, ਇਹ ਨਸਲੀ ਫਿਤਕਰਾ। ਸੀਰੀਅਸ ਹੈਗੀ ਆ, ਮੈਂ ਇਸ ਕਰਕੇ ਵਾਪਸ ਲੈ ਗਿਆ ਆਪਣਾ ਪਾਸਪੋਰਟ, ਬਹੁਤ ਹੀ ਮੈਂ ਤਾਂ ਪੌਣਾ ਘੰਟਾ ਉੱਥੇ ਬਹਿਸ ਕਰਕੇ ਆਪਣਾ ਪਾਸਪੋਰਟ ਵਾਪਸ ਲੈ ਕੇ ਲਿਆ। ਨਹੀਂ ਮੈਂ ਵੀਜ਼ਾ ਅਫਸਰ ਕੋਲੇ ਜਾ ਗਿਆ, ਇਹਨਾਂ ਦਾ ਗੇਟ ਤੋਂ ਸਕਿਉਰਟੀ ਗੇਟ ਤੋਂ ਵਾਪਸ ਆ, ਮੈਂ ਆਪ ਖੁਦ ਰਿਫਿਊਜ਼ ਕੀਤਾ, ਮੈਨੂੰ ਵੀਜ਼ਾ ਦੀ ਜ਼ਰੂਰਤ ਨਹੀਂ। ਇਹਨਾਂ ਨੇ ਆਪਣੇ ਪਾਸਪੋਰਟ ਗੇਟ ਤੋਂ ਹੀ ਚੱਕੇ ਤੇ ਉੱਥੋਂ ਵਾਪਸ ਆ। ਮੈਂ ਵੀਜ਼ਾ ਅਫੀਸਰ ਦੇ ਨਾਲ ਬਹਿਸ ਕਰਨ ਤੋਂ ਬਾਅਦ ਉਹਦਾ ਪੌਣਾ ਘੰਟਾ ਫੇਰ ਵਾਪਸ ਆਇਆ। ਨਾਮ ਮੈਂ ਉਹਨਾਂ ਨੂੰ ਦੋ ਵਾਰੀ ਪੁੱਛਿਆ, ਉਹ ਕਹਿੰਦੇ ਸਾਨੂੰ ਨੇ ਜਿਹੜਾ ਕਾਰਡ ਆਈ ਕਾਰਡ ਸੀਗਾ ਉਹਦਾ ਉਹ ਵੀ ਪੁੱਠਾ ਕਰ ਲਿਆ। ਮੈਨੂੰ ਪੁੱਛਿਆ ਵੀ ਯੂਰ ਗੁੱਡ ਨੇਮ, ਉਹਨੇ ਦੇਖਿਆ ਇੱਦਾਂ ਸੀਗਾ ਕਾਰਡ ਟੇਢਾ ਤੇ ਉਹਨੇ ਅੰਦਰ ਨੂੰ ਸ਼ਰਟ ਦੇ ਅੰਦਰ ਕਰ ਲਿਆ, ਨਾਮ ਨੀ ਉਹਨਾਂ ਨੇ ਮੈਨੂੰ ਦੱਸੇ। ਪਰ ਮੈਂ ਫਿਰ ਕਹੂੰਗਾ ਕਿ ਇਹ ਕਾਨੂੰਨ ਲੜਾਈ ਹਰ ਸਿੱਖ ਦਾ ਨਹੀਂ, ਹਰ ਪੰਜਾਬੀ ਦਾ ਕੰਮ, ਕਿਉਂਕਿ ਸਿੱਖ ਤਾਂ ਐਸੀ ਕੌਮ ਆ ਜਿਹੜੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀ ਆ, ਦੇਸ਼ ਦੀ ਆਜ਼ਾਦੀ ਦੇ ਵਿੱਚ ਸ਼ਾਨਾ ਮਤਾ ਇਤਿਹਾਸ ਕਿਹਦਾ ਹੈਗਾ। ਸੋ ਅੱਜ ਉਸੇ ਕੌਮ ਦੇ ਨਾਲ ਨਸਲੀ ਵਿਤਕਰਾ ਹੋਵੇ ਇਹ ਦੁਖਦਾਈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਵੈਰੀ ਮਚ। ਹਾਂਜੀ ਦੂਜਾ ਐਂਗਲ ਪੁੱਛ ਲਓ ਜਿਹੜਾ ਤੁਹਾਨੂੰ ਮਨ ਭਾਉਂਦਾ ਐਂਗਲ। ਨਹੀਂ ਸਾਡੀ ਸਾਂਝ ਦਿੱਲੀ ਵਾਲਿਆਂ ਨਾਲ ਨਹੀਂ, ਸਾਡੀ ਸਾਂਝ ਜਿਹੜੀ ਆ ਉਹ ਸੁਖਪਾਲ ਖਹਿਰਾ ਸਾਹਮਣੇ ਦੇਖ ਕੇ ਪਾਰਟੀ ਦੇ ਨਾਲ ਹੈਗੀ ਆ, ਚੰਗੇ ਭਾਈਚਾਰੇ ਹੈਗੇ ਆ। ਸੋ ਪੰਜ ਕੈਂਡੀਡੇਟ ਅਨਾਊਂਸ ਕੀਤੇ ਆ ਦਿੱਲੀ ਦੀ ਆਮ ਆਦਮੀ ਪਾਰਟੀ ਨੇ, ਪਰ ਮੈਂ ਇਹ ਕਹਿਣਾ ਚਾਹਾਂਗਾ ਅਸੀਂ ਯਤਨ ਦੇ ਵਿੱਚ ਆ ਕਿ ਪੰਜਾਬ ਦੇ ਅੰਦਰ ਜਿਹੜੇ ਪੰਜਾਬ ਦੇ ਹਿਤੈਸ਼ੀ ਲੋਕ ਆ, ਜਿਹਨਾਂ ਦਾ ਰਾਜਨੀਤੀ ਕੋਈ ਧੰਦਾ ਨਹੀਂ, ਜਿਹਨਾਂ ਦੇ ਮਨ ਦੇ ਅੰਦਰ 10 ਸਾਲਾਂ ਦਾ ਬਾਦਲਾਂ ਦਾ ਦਰਦ ਤੇ 18 ਮਹੀਨੇ ਕਾਂਗਰਸੀਆਂ ਦੇ ਕੁੱਤੇ ਕੰਮਾਂ ਦਾ ਦਰਦ, ਅਸੀਂ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਇੱਕ ਸਾਂਝਾ ਮਹਾਜ ਤਿਆਰ ਕਰਨ ਦਾ ਯਤਨ ਕਰ ਰਹੇ ਹਾਂ। ਜੇ ਕਿਸੇ ਕਾਰਨ ਕਰਕੇ ਮਹਾਜ ਨਹੀਂ ਵੀ ਤਿਆਰ ਹੁੰਦਾ, ਨਹੀਂ ਬਣਦਾ, ਤੇ ਲੋਕ ਇਨਸਾਫ ਪਾਰਟੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਆਪਣੇ ਬਲਬੂਤੇ ਦੇ ਉੱਤੇ ਅਵਸ਼ ਲੜੇ। ਯਤਨ ਸਾਡੇ ਹੈਗੇ ਆ, ਪੋਜ਼ਿਟਿਵ ਦਿਸ਼ਾ ਦੇ ਵਿੱਚ ਚੱਲ ਰਿਹਾ ਸਾਰਾ ਕੰਮ। ਯੈਸ ਮੈਂ ਵੀ ਇਹੀ ਕਹਿ ਰਿਹਾ ਕਿ ਫਰੰਟ ਬਣਾਉਣ ਵਾਸਤੇ ਬਹੁਤ ਪੋਜ਼ਿਟਿਵ ਦਿਸ਼ਾ ਦੇ ਵਿੱਚ ਕੰਮ ਹੋ ਰਿਹਾ। ਜੇ ਇਨ ਕੇਸ ਫਰੰਟ ਨਾ ਵੀ ਬਣਿਆ, ਲੋਕ ਇਨਸਾਫ ਪਾਰਟੀ 13 ਦੀਆਂ 13 ਸੀਟਾਂ ਥੈਂਕ ਯੂ ਬ੍ਰਦਰ, ਚਾਹ ਦਾ ਕੱਪ ਲੈਣਾ ਕੰਟੀਨ ਚੱਲਦਾ। ਸਤਿਕਾਰਯੋਗ ਚੰਨੀ ਸਾਹਿਬ ਦਾ ਮੈਂ ਬਿਆਨ ਉਹਨਾਂ ਦਾ ਟੀਵੀ ਦੇ ਉੱਤੇ ਵੀ ਸੁਣਿਆ ਕਿ ਮੈਂ ਗਲਤੀ ਦੇ ਨਾਲ ਮੈਸੇਜ ਸੈਂਡ ਕੀਤਾ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਮਾਫ਼ੀ ਵੀ ਮੰਗ ਲਈ। ਜੇ ਪੰਜਾਬੀ ਦੀ ਇੱਕ ਕਹਾਵਤ ਹੈਗੀ ਆ ਨਾਲੇ ਚੋਰ ਤੇ ਨਾਲੇ ਚਤਰ, ਜੇ ਚੰਨੀ ਜੀ ਕੋਈ ਚਤਰਾਈ ਕਰਦੇ ਫਿਰ ਤਾਂ ਉਹਨਾਂ ਦੇ ਵਿਰੁੱਧ ਚਾਹੀਦੀ ਸੀ ਕਾਰਵਾਈ। ਹੁਣ ਅਸੀਂ ਇਸ ਗੱਲ ਨੂੰ ਜਦੋਂ ਬੰਦੇ ਨੇ ਮਾਫ਼ੀ ਮੰਗ ਲਈ, ਮਾਫ਼ੀ ਮੰਗਦੇ ਹੋਏ ਇਹ ਕਹਿਤਾ ਵੀ ਮੇਰੇ ਕੋਲੋਂ ਜਿਹੜੀ ਮੈਸੇਜ ਗਲਤੀ ਨਾਲ ਸੈਂਡ ਹੋ ਗਿਆ ਤੇ ਅਸੀਂ ਉਹਨੂੰ ਤੂਲ ਦਈਏ, ਚੰਗਾ ਨਹੀਂ, ਮਾਫ਼ੀ ਮੰਗੀ ਆ। ਆਇਆ ਕਿ ਉਸ ਮਹਿਲਾ ਅਫਸਰ ਨੇ ਕਿਤੇ ਕੰਪਲੇਂਟ ਨਹੀਂ ਕੀਤੀ, ਮਤਲਬ ਹਰ ਗੱਲ ਦੇ ਵਿੱਚ ਅਸੀਂ ਰਾਜਨੀਤੀ ਦੇ ਚਸ਼ਮੇ ਨਾਲ ਹੀ ਦੇਖੀ ਹੈ ਹਰ ਚੀਜ਼ ਨੂੰ, ਉਹ ਠੀਕ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਕੋਲੋਂ ਗਲਤੀ ਨਾਲ ਸੈਂਡ ਹੋਇਆ,
ਗਲਤੀ ਨਾਲ ਸੈਂਡ ਹੋਣ ਤੋਂ ਬਾਅਦ ਵੀ ਮੈਂ ਉਸ ਮਹਿਲਾ ਅਧਿਕਾਰੀ ਕੋਲੋਂ ਮਾਫ਼ੀ ਮੰਗੀ। ਫਿਰ ਤਾਂ ਮੇਰਾ ਖਿਆਲ ਜਦੋਂ ਮਾਫ਼ੀ ਮੰਗ ਲਵੇ ਕੋਈ, ਮਾਫ਼ੀ ਦੇਣ ਵਾਲਾ ਤਾਂ ਬਹੁਤ ਵੱਡਾ ਹੋ ਜਾਂਦਾ। ਨਾਲੇ ਉਹਨਾਂ ਨੇ ਇਹ ਕਹਿਤਾ ਕਿ ਇਹ ਮੇਰੇ ਕੋਲੋਂ ਗਲਤੀ ਦੇ ਨਾਲ ਸੈਂਡ ਹੋ ਗਿਆ, ਸੋ ਇਹਦੇ ਉੱਤੇ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇਸ਼ੂ। ਜੇ ਉਹ ਮਾਫ਼ੀ ਨਾ ਮੰਗਦੇ, ਉਹ ਇਹਨੂੰ ਗੱਲ ਨੂੰ ਟਵਿਸਟ ਕਰਕੇ ਕਹਿੰਦੇ ਨਹੀਂ ਜੀ ਉਹ ਝੂਠ ਬੋਲਦੀ, ਉਹ ਐਂ ਕਰਦੀ, ਉਹ ਔਂ ਕਰਦੀ, ਫਿਰ ਤਾਂ ਇਸ ਪਾਸੇ ਦੀ ਗੱਲ ਜ਼ਰੂਰ ਕਹਿਣੀ ਬਣਦੀ। ਇਹ ਚੰਨੀ ਜੀ ਦੱਸ ਸਕਦੇ ਆ ਇਹ ਸਵਾਲ ਦਾ ਜਵਾਬ, ਮੇਰੀ ਨੀ ਗੱਲ, ਮੇਰੀ ਕੋਈ ਗੱਲ ਨੀ। ਮੈਂ ਤਾਂ ਟੀਵੀ ਦੇ ਉੱਤੇ ਆਪਣੇ ਦਫ਼ਤਰ ਚ ਬੈਠ ਕੇ ਉਹਨਾਂ ਦਾ ਸਟੇਟਮੈਂਟ ਹੀ ਦੇਖ ਕੇ ਆਇਆ, ਉਹ ਕਹਿ ਰਿਹਾ ਵੀ ਮੇਰੇ ਕੋਲ ਇਹ ਮੈਸੇਜ ਗਲਤੀ ਦੇ ਨਾਲ ਸੈਂਡ ਹੋਇਆ, ਮੈਂ ਮਾਫ਼ੀ ਵੀ ਮੰਗੀ। ਜੇ ਉਹ ਕਹਿੰਦੇ ਚਤਰਾਈ ਕਰਦੇ, ਕਹਿੰਦੇ ਵੀ ਨਹੀਂ ਜੀ ਮੈਂ ਨੀ ਭੇਜਿਆ, ਮੈਂ ਵਿਆਖਿਆ ਉਹਦੀ ਗਲਤ ਕਰਨੀ, ਇਹ ਕਰਦਾ, ਫੇਰ ਤਾਂ ਬਣਦੀ ਸੀ ਗੱਲ। ਹੁਣ ਬੰਦੇ ਨੇ ਇਹ ਕਹਿਤਾ ਵੀ ਮੇਰੇ ਕੋਲ ਇਹ ਗਲਤੀ ਨਾਲ ਸੈਂਡ ਹੋ ਗਿਆ, ਗਲਤੀ ਨਾਲ ਫਾਰਵਰਡ ਹੋ ਗਿਆ। ਤੁਸੀਂ ਸਵਾਲ ਜਿਹੜਾ ਕੀਤਾ ਵੀ ਉਹ ਮੈਸੇਜ ਬਣਾਇਆ ਕਿਹਦੇ ਲਈ ਸੀ, ਹੋ ਸਕਦਾ ਉਹਨਾਂ ਨੇ ਆਪਣੀ ਵਾਈਫ ਲਈ ਬਣਾਇਆ ਹੋਵੇ, ਪਤਨੀ ਹੈਗੀ ਆ, ਹੋ ਸਕਦਾ ਨਾ ਆਪਣੀ ਵਾਈਫ ਨੂੰ, ਬੰਦਾ ਕਿਤੇ ਦੂਰ ਹੈਗਾ ਆਪਣੀ ਵਾਈਫ ਨਾਲ ਵੀ ਰੋਮਾਂਟਿਕ ਕਿਤੇ ਹੋ ਸਕਦਾ। ਨਹੀਂ ਸਰ 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 ਚੰਨੀ ਦੀ ਤਾਂ ਵਾਈਫ ਹੈਗੀ ਆ, ਕਿਹਦੇ ਨਾਲ ਮਾਫ਼ੀ ਮੰਗੀ ਆ। ਦੇਖੋ ਮੈਂ ਤੁਹਾਡੀ ਗੱਲ ਨਾਲ 100 ਨਹੀਂ 1000% ਸਹਿਮਤ ਹੈਗਾ। ਜੇ ਚੰਨੀ ਜੀ ਨੇ ਜਾਣ ਬੁੱਝ ਕੇ ਉਹ ਮੈਸੇਜ ਭੇਜਣ ਤੋਂ ਬਾਅਦ ਮਾਫ਼ੀ ਮੰਗੀ ਹੁੰਦੀ, ਫਿਰ ਤੁਹਾਡੇ ਵਾਲਾ ਜਿਹੜਾ ਸਵਾਲ ਬਿਲਕੁਲ ਟੁੱਟਦਾ ਸੀ। ਉਹਨਾਂ ਨੇ ਕਿਹਾ ਇਹ ਮੈਸੇਜ ਮੇਰੇ ਕੋਲੋਂ ਗਲਤੀ ਨਾਲ ਭੇਜ, ਮੈਂ ਉਸ ਗਲਤੀ ਨਾਲ ਭੇਜੇ ਮੈਸੇਜ ਦੀ ਮਾਫ਼ੀ ਮੰਗਦਾ। ਇਸ ਕਰਕੇ ਇਸ ਇਸ਼ੂ ਦੇ ਉੱਤੇ ਮੇਰਾ ਆਪਣਾ ਵਿਚਾਰ ਹੈਗਾ ਵੀ ਇਹਨੂੰ ਹੁਣ ਕਲੋਜ਼ ਕਰਨਾ ਚਾਹੀਦਾ। ਮੈਂ ਉਹਨਾਂ ਦਾ ਇਹ ਸਟੇਟਮੈਂਟ ਕਿਤੇ ਪੜ੍ਹਿਆ ਨੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ, 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਰਨ ਆ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ, 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬਰਨ ਜਾਣਾ ਜੀ ਪਰ 52% ਆਏ, ਉਹ 50 ਵੀ ਚੱਲਣਗੇ। ਚਲੋ 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 ਯਾਰ ਢਿੱਲੇ ਕਿਉਂ ਬੈਠੇ ਹੋ, ਕਾਲਾ ਕਿਉਂ ਪਹਿਨਣਾ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374-75 ਸੈਕਟਰ 17D ਚੰਡੀਗੜ੍ਹ, ਕੰਟੈਕਟ 0181 5044-999।